ਹੁਣ ਹੈਗਾ ਤੁਹਾਡੇ ਇਮਤਿਹਾਨ ਨੇੜੇ ਜੀ, ਪੇਪਰ ਆ ਗਏ ਨੇੜੇ ਜੀ, ਤੁਹਾਡੀ ਦੇਖਣਾ ਕਿੰਨੀ ਕੁ ਤਿਆਰੀ ਹੈ। ਮਾਸਟਰ ਸੋਹਣ ਲਾਲ ਜੀ ਅੱਜ ਟੈਸਟ ਲੈਣਗੇ ਤੁਹਾਡਾ ਪੁੱਤ ਮੇਰਿਓ। ਜੀ ਪੁੱਤ ਮੇਰਿਆ ਨਹੀਂ ਜੀ, ਧੀ ਹੈ ਜੀ, ਧੀ ਮੇਰੀ ਇਹ ਕਾਟੋ ਜੀ। ਮਾਸਟਰ ਜੀ ਤੂੰ ਮੈਨੂੰ ਲੇਖ ਸੁਣਾ ਮੇਰੀ ਸਹੇਲੀ ਦਾ। ਮਾਟਰ ਜੀ ਤੁਹਾਡੀ ਸਹੇਲੀ? ਓਏ ਚੁੱਪ ਕਰ ਜਾ, ਸਰਪੰਚ ਦੇ ਭਾਣਜੇ ਕਰਕੇ ਛੱਡ ਦੇਣਾ ਤੈਨੂੰ ਦੱਸਾਂ ਮੈਂ, ਮੇਰਾ ਗੁੱਸਾ ਬਹੁਤ ਭੈੜਾ। ਖੜੀ ਹੋ ਜਾ, ਤੂੰ ਮੈਨੂੰ ਧੀ ਮੇਰੀਏ ਲੇਖ ਸੁਣਾ ਮੇਰੀ ਸਹੇਲੀ ਦਾ। ਠੀਕ ਹੈ ਮਾਸਟਰ ਜੀ, ਮੇਰੀਆਂ ਨਾ ਬਹੁਤ ਸਾਰੀਆਂ ਸਹੇਲੀਆਂ ਹਨ। ਮਾਸਟਰ ਜੀ ਝੂਠ ਬੋਲਦੀ ਹੈ ਜੀ, ਕੋਈ ਨੀ ਇਹਦੀ ਸਹੇਲੀ ਲੜਦੀ ਬਹੁਤ ਹੈ ਜੀ, ਇਹ ਤਾਂ ਸਭ ਨਾਲ ਝੂਠ ਬੋਲੀ ਜਾਂਦੀ। ਮੇਰੀਆਂ ਨਾ ਬਹੁਤ ਸਾਰੀਆਂ ਸਹੇਲੀਆਂ ਹਨ, ਪਰ ਅਮਰੋ ਮੇਰੀ ਬਹੁਤ ਪੱਕੀ ਸਹੇਲੀ ਹੈ। ਅਮਰੋ ਦਾ ਬਾਪੂ ਭੁੱਕੀ ਦੇ ਕੇਸ ਵਿੱਚ ਅੰਦਰ ਹੈ, ਅਮਰੋ ਦੀ ਬੇਬੇ ਬਹੁਤ ਚੁਗਲਖੋਰ ਹੈ, ਉਹਨਾਂ ਦਾ ਬਹੁਤ ਹੀ ਸੁਖੀ ਪਰਿਵਾਰ ਹੈ। ਮੈਨੂੰ ਉਹਨਾਂ ਦੇ ਘਰ ਜਾਣਾ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਉੱਥੇ ਮੈਨੂੰ ਕੋਈ ਵੀ ਪੜ੍ਹਨ ਲਈ ਨਹੀਂ ਕਹਿੰਦਾ ਹੈ। ਜੈ ਹਿੰਦ, ਤੈਨੂੰ ਮੈਂ ਛੱਡਤਾ ਪੁੱਤ, ਕਹਿੰਦੇ ਧੀਆਂ 'ਤੇ ਹੱਥ ਨਹੀਂ ਚੱਕਦੇ ਹੁੰਦੇ, ਇਹ ਲੇਖ ਤਿਆਰ ਕਰ ਲੈ, ਨਹੀਂ ਨਾ ਆਹ ਗੁੱਤਾਂ ਜੀਆਂ ਮੈਂ ਦੋਨੇ ਇਕੱਠੀਆਂ ਕਰ ਦੇਣੀਆਂ ਤੈਨੂੰ ਦੱਸਾਂ ਮੈਂ। ਰਿਓੜੀ ਗੱਚਕ ਆ ਲਓ ਜੀ। ਓਏ ਮੈਂ ਖਾਣ ਨੂੰ ਰਿਓੜੀ ਗੱਚਕ ਨਹੀਂ ਮੰਗੀ, ਮੈਂ ਤੈਨੂੰ ਸਵਾਲ ਕਰਨਾ। ਮੈਂ ਭਮੀਰੀ ਨੂੰ ਦਿੰਦਾ 65 ਰੁਪਈਏ, ਤੇ ਉਹਨੂੰ ਮੈਂ ਕਹਿੰਦਾ 10 ਰੁਪਏ ਦੇ ਪੁੱਤ ਲੈ ਕੇ ਆ ਆਲੂ, 10 ਰੁਪਏ ਦੇ ਲੈ ਕੇ ਆ ਪਿਆਜ਼, ਤੇ 20 ਰੁਪਈਏ ਦੇ ਲੈ ਕੇ ਆ ਟਮਾਟਰ। ਤੂੰ ਮੈਨੂੰ ਦੱਸ ਵੀ ਮੈਨੂੰ ਕਿੰਨੇ ਪੈਸੇ ਮੋੜੂਗਾ? ਟੋਟਲ ਰੁਪਈਏ ਹੋਏ 40 ਖਰਚ, ਬਾਕੀ ਕਿੰਨੇ ਮੋੜੂਗਾ? ਮਾਸਟਰ ਜੀ ਪਹਿਲੀ ਗੱਲ ਤਾਂ ਇਹ ਜੀ ਕਿ ਤੁਸੀਂ ਭਮੀਰੀ ਨੂੰ ਪੈਸੇ ਦੇ ਕੇ ਜੀ ਬਹੁਤ ਗਲਤ ਕੰਮ ਕਰ ਲਿਆ ਜੀ। ਤੁਸੀਂ ਦਿੱਤੇ ਉਹਨੂੰ 65 ਰੁਪਈਏ ਜੀ, 40 ਰੁਪਏ ਦਾ ਇਹਨੇ ਲੈ ਲਿਆ ਜੀ ਸਮਾਨ ਜੀ, ਅਤੇ ਫਿਰ ਮਾਸਟਰ ਜੀ ਬਾਕੀ ਬਚ ਗਏ, ਬਾਕੀ ਬਚ ਗਿਆ ਮਾਸਟਰ ਜੀ 25 ਰੁਪਏ ਦੇ ਹਿਸਾਬ ਨਾਲ ਮਾਸਟਰ ਜੀ ਲਾਈਏ ਆਪਾਂ 1, 2, 3, 3 ਰੁਪਈਏ ਦਿਨ ਨਾਲ ਬਣ ਗਏ 15 ਦਿਨ। ਮਾਸਟਰ ਜੀ ਇਹਦਾ ਨਾ ਪੈਸੇ ਲੈ ਕੇ ਆਊਗਾ ਜੀ, ਨਾ 15 ਦਿਨ ਸਕੂਲ 'ਚ ਆਊਗਾ ਜੀ, 25 ਰੁਪਈਏ ਲੈ ਕੇ ਵੀ ਨਹੀਂ ਆਉਂਦਾ ਜੀ, ਇਹ ਨਹੀਂ ਆਉਂਦਾ ਜੀ। ਨਾ 25 ਰੁਪਈਏ ਮੋੜੇ, ਨਾ 15 ਦਿਨ ਸਕੂਲ ਨਹੀਂ ਆਉਂਦਾ? ਨਾ ਜੀ, ਜਮਾਂ ਨਹੀਂ ਆਉਂਦਾ ਜੀ। ਕਿਉਂ ਨਹੀਂ ਆਉਂਦਾ? ਮਾਸਟਰ ਜੀ ਇੱਕ ਵਾਰ ਨਾ ਜੀ ਸ਼ੀਲਾ ਮੈਡਮ ਨੇ ਨਾ ਜੀ ਇਹਨੂੰ ਸਾਬਣ ਦੀ ਟਿੱਕੀ ਲੈਣ ਭੇਜਿਆ ਸੀ ਜੀ ਸਾਡੀ ਦੁਕਾਨ ਤੋਂ ਜੀ, ਅਤੇ ਰੁਪਈਏ ਦਿੱਤੇ ਸੀ ਪੂਰੇ 5। ਮਾਸਟਰ ਜੀ ਫਿਰ ਤੁਸੀਂ ਹੁਣ 5 ਦੇ ਹਿਸਾਬ ਨਾਲ ਲਾ ਲਓ ਜੀ, ਉਦੋਂ ਇਹ ਪੂਰੇ 3 ਦਿਨ ਮਾਸਟਰ ਜੀ ਸਕੂਲ ਨਹੀਂ ਵੜਿਆ ਸੀ ਜੀ। ਹੁਣ ਤਾਂ 25 ਰੁਪਈਏ ਦੇ ਰਹੇ ਹੋ ਜੀ, 25 ਰੁਪਏ ਦੇ ਹਿਸਾਬ ਨਾਲ ਮਾਸਟਰ ਜੀ, ਫਿਰ ਇਹ ਦੇਖ ਲਓ ਜੀ ਹੁਣ 15 ਦਿਨ ਬਣਦੇ ਨੇ ਜੀ ਪੂਰੇ। ਫਿਰ 15 ਦਿਨ ਆਉਂਦਾ ਨਹੀਂ? ਨਾ ਜੀ ਆਉਂਦਾ ਨਹੀਂ ਮਾਸਟਰ ਜੀ, ਪੈਸੇ ਮੋੜਦਾ ਨਹੀਂ, ਜਮਾਂ ਨਹੀਂ ਮੋੜਦਾ ਮਾਸਟਰ ਜੀ, ਬਹੁਤ ਇਹਦਾ ਪੰਗਾ ਲੈ ਲਿਆ ਜੀ ਤੁਸੀਂ। ਭਮੀਰੇ ਜੀ ਕੰਨ ਫੜ ਲਓ ਪੁੱਤ। ਮਾਸਟਰ ਜੀ ਨਾ ਫੜਾਓ ਜੀ, ਮੈਨੂੰ ਕੁੱਟੂਗਾ ਜੀ ਬਾਅਦ ਚੋਂ। ਡਰੀਦਾਰੀ ਹੁੰਦਾ ਪੁੱਤ, ਡਰੀਦਾਰੀ ਹੁੰਦਾ। ਮਾਸਟਰ ਜੀ ਮੈਂ ਕੰਨ ਕਿਉਂ ਫੜ ਲਈ, ਜਵਾਬ ਉਹਨੇ ਗਲਤ ਦਿੱਤਾ ਜੀ, ਕੰਨ ਮੇਰੇ ਫੜਾ ਲਏ। ਭਮੀਰੀ ਗਲਤੀ ਤੇਰੀ ਹੈ ਪੁੱਤ। ਮਾਸਟਰ ਜੀ ਮੈਨੂੰ ਅਜੇ 65 ਵੀ ਨਹੀਂ ਦਿੱਤੇ, ਮੈਂ ਅਜੇ ਮੁੜਿਆ ਵੀ ਨਹੀਂ। ਪੁੱਤ ਮੇਰਿਆ ਤੇਰੇ 'ਚ ਹੇਰਾ ਫੇਰੀ ਹੈ, ਸਜ਼ਾ ਤੈਨੂੰ ਮਿਲੂਗੀ, ਛੱਡ ਕੰਨ ਬਾਅਦ 'ਚ ਫੜਾ ਲਾਂਗੇ, ਬਹੁਤ ਮੌਕੇ ਆਉਣਗੇ। ਮੈਂ ਸਰਪੰਚ ਦਾ ਭਾਣਜਾ ਜੀ, ਖਿਆਲ ਰੱਖਿਓ ਜੀ। ਇਹ ਧਮਕੀ ਹੈ ਕਿ ਪੁੱਤ ਜਾਣਕਾਰੀ ਹੈ? ਮੈਂ ਅਸੀਂ ਦੱਸਿਆ ਜਾ ਜੀ, ਬਾਹਲਾ ਦੱਸਣ ਦੀ ਲੋੜ ਨਹੀਂ। ਬੈਕਗ੍ਰਾਉਂਡ ਮਿਊਜ਼ਿਕ ਬੰਦ ਕਰ, ਪੜ੍ਹ ਲਿਆ ਕਰ, ਓਏ ਪੜ੍ਹ ਲਿਆ ਕਰ, ਪੜ੍ਹ ਲਿਆ ਕਰ, ਪੜ੍ਹ ਲਿਆ ਕਰ। ਓਏ ਮਾਸਟਰਾਂ ਦੇ ਡਾਇਲੋਗ ਹੁੰਦੇ ਨੇ, ਮੈਂ ਡਾਇਲੋਗ ਬੋਲਣਾ ਸੀ ਇਹ? ਮੈਂ ਵੀ ਵੱਡੇ ਹੋ ਕੇ ਮਾਸਟਰ ਬਣੂੰਗਾ ਜੀ, ਵੱਡਾ ਹੋ ਕੇ ਮਾਸਟਰ ਬਣੂੰਗਾ। ਦੇਖ ਲੈਣਾ ਮਾਸਟਰ ਕਿੰਨਾ ਕੁ ਬਣੂੰਗਾ। ਖੜਾ ਹੋਇਆ ਭਮੀਰੀ। ਕੌਣ ਮੈਂ ਜੀ? ਹਾਂ ਇਹ ਮਾਸਟਰ ਜੀ, ਬਾਕੀ ਸਾਰੇ ਜੀ ਬਹਿ ਕੇ ਜਵਾਬ ਦਿੰਦੇ ਨੇ ਜੀ, ਮੈਨੂੰ ਇਕੱਲੇ ਨੂੰ ਕਹਿੰਦੇ ਖੜਾ ਹੋਇਆ ਜੀ, ਨਾਲੇ ਮੈਂ ਸਰਪੰਚ ਦਾ ਸਕਾ ਭਾਣਜਾ ਜੀ, ਮੈਨੂੰ ਫਿਰ ਵੀ ਕੋਈ ਸਹੂਲਤ ਨਹੀਂ ਮਿਲ ਰਹੀ ਜੀ ਇਸ ਪਿੰਡ 'ਚ। ਪੁੱਤ ਮੇਰੇ ਆਹੀ ਤਾਂ ਤੂੰ ਸਮਝਦਾ ਨਹੀਂ, ਤੈਨੂੰ ਸਭ ਤੋਂ ਵੱਧ ਸਹੂਲਤ ਦਿੱਤੀ ਹੈ। ਦੇਖ ਤੂੰ ਬਿਹਾਰ ਦੀਆਂ ਚੋਣਾਂ ਵਾਂਗੂ ਮੋਨੀਟਰ ਬਣੇ ਆ, ਤੇਰਾ ਮਾਮਾ ਖੜਦਾ ਸਰਪੰਚ ਦੀਆਂ ਚੋਣਾਂ ਵਿੱਚ, ਇਸ ਲਈ ਆਪਾਂ ਤੈਨੂੰ ਖੜੇ ਕਰਕੇ ਸਵਾਲ ਪੁੱਛਦੇ ਹਾਂ। ਤੂੰ ਮੈਨੂੰ ਸੁਣਾ ਅੱਖੀਂ ਡਿੱਠਾ ਹਾਲ ਰੇਲਵੇ ਸਟੇਸ਼ਨ ਦਾ। ਮੈਂ ਅਤੇ ਮੇਰੇ ਪਿਤਾ ਜੀ ਇੱਕ ਵਾਰ ਲੁਧਿਆਣੇ ਜਾਣ ਦਾ ਪ੍ਰੋਗਰਾਮ ਬਣਾਇਆ, ਪਿਤਾ ਜੀ ਕਹਿੰਦੇ ਆਪਾਂ ਰੇਲ ਗੱਡੀ ਵਿੱਚ ਜਾਵਾਂਗੇ। ਗੁੱਡ, ਸੁਣੋ ਸੁਣੋ ਸੁਣੋ, ਅਸੀਂ ਪਿੰਡੋਂ ਤਿਆਰ ਹੋ ਕੇ ਖੱਚੇ ਰੇੜੇ ਤੇ ਬੈਠ ਕੇ ਚੀਮੇ ਪਹੁੰਚ ਗਏ, ਮੈਨੂੰ ਰੇਲ ਗੱਡੀ ਦੀ ਸਵਾਰੀ ਕਰਨ ਦਾ ਬਹੁਤ ਹੀ ਚਾਅ ਸੀ, ਉੱਥੋਂ ਅਸੀਂ ਬੱਸ 'ਚ ਬੈਠ ਕੇ ਸਨਾਮ ਬੱਸ ਅੱਡੇ ਤੇ ਪਹੁੰਚੇ, ਬੱਸ ਅੱਡੇ ਤੋਂ ਮੇਰੇ ਪਿਤਾ ਜੀ ਨੇ ਇੱਕ ਰਿਕਸ਼ਾ ਕਰਾਇਆ, ਤੇ ਉਹ ਰਿਕਸ਼ਾ ਨੂੰ ਕਿਹਾ ਰਿਕਸ਼ਾ
रेलवे स्टेशन चलना है। रास्ते बिच रिक्शे वाले नू एक ट्रक वाले ने पटक देने फेट मारी, साडा रिक्शा पलट गया अते मेरे डैडी दी पग लैके हो गई अते मेरे भी कूणी अते होर किते सट्टां वज्जियां। लोग इकट्ठे हो गए अते मैनू पता नहीं कैड़ी कार विच पा के सरकारी हस्पताल विच लै गए। उत्थे जाके सरकारी हस्पताल दा सीन बहुत ही मनमोहक अते दिल खिचवां सी। दो तीन कुत्ते बैडा थले फिरदे सन, सूर करदे फिरदे सन। नर्सां ने मेरे टीका लाया, मैं क्या मैं तेनू रेलवे स्टेशन का हाल सुना, तू रेलवे स्टेशन का हाल सुना। माड़ी मैं रेलवे स्टेशन का हाल किवें सुनावां, मैं तां पहुंचे नहीं राज, ट्रक वाले ने फेट मारी मेरी तां कूणी च पलस्तर लगा पिया, तैनू रेलवे स्टेशन दी पई है। ए गया बार आ गया, बीसीआर करके आ रहा है, बेचारे सुत्ता पिया बीसीआर। हाजिर जी मास्टर जी आए ने, पै जा तू, चल चल तू। ए की हो रहा ओए? ए मास्टर जी गुणा करदे सी जी, साहब दे सवाल जी। आ गुणा? हां जी। आहा ए चतुर्भुज है जी। चतुर्भुज? हां जी। मतलब चतुर्भुज ते गुणा? आ लंब जी। ए लंब ते आपां इहनू वंडदाने आ इक कसुन नाल। हाँ, ओ पढ़ लिया करो, ए थोड़ा कुछ नहीं मानना, पेपर सिर ते आ गए। ओए मुहावरा हुंदा, सिर देखण लगे फरोलन लगे जुआं निकले होणगियां। ओए पेपर नेड़े ने, पढ़ लिया करो, थोड़ा कुछ नहीं बनना। आ बन तो चेते आपां इह पुछदे आ, कल्ले कल्ले नूं ठाके तुसीं बणोगे की? पुत काटो। पुत नहीं जीती। ओए तियां पुतां अर्गियां हुंदियां ने, बराबर दिया होंदिया ने तियां, आए नहीं टोकी दा होंदा। ती काटो, खड़ी हो, खड़ा हो मेरा मल। मास्टर जी तू ये दस, तू बड़ी हो के की बनेगी? मैं मास्टर जी, मैं ना जी वड्डी होके सस बनूंगी। ओए ओए ती मेरी, ए ओ मल मेरे आ, पहला तेनू बहू बनना पऊ फिर सस बनेगी। तू पहला बहू क्यों नहीं बनदी? ला मास्टर जी तो